ਅਸਲਾਮੁ ਅਲੈਕੁਮ ਸਰ। ਵਾਲੇਕੁਮ ਅਸਲਾਮ ਸਰ ਜੀ, ਕੀ ਕਰੀ ਜਾਂਦੇ ਹੋ? ਕੁਛ ਨਹੀਂ ਜੀ, ਬਸ ਐਕਸਮੇਟ ਲਵਾ ਰਹੇ ਹਾਂ। ਸਰ ਐਕਸਮੇਟ ਕੀ ਚੀਜ਼ ਆ? ਇਹ ਜੀ ਗੁਲਾਬੀ ਸੁੰਡੀ ਵਾਸਤੇ ਹੈ ਪ੍ਰੋਡਕਟ, ਅਤੇ ਪੈਰਾਮੂਨ ਟਰੈਪ ਨੂੰ ਕਹਿ ਲਓ, ਉਹਨੂੰ ਤੁਸੀਂ ਰੋਸੀ ਬਲੋਰ ਕਹਿ ਲਓ, ਕਾਫੀ ਸਾਰੇ ਨਾਮ ਨੇ। ਬੀਬੀ ਰੋਪਸ ਜਿਹਨਾਂ ਨੂੰ ਕਿਹਾ ਜਾਂਦਾ। ਅੱਛਾ, ਗੁਲਾਬੀ ਸੁੰਡੀ ਦੇ ਬਾਰੇ ਸਰ ਪਹਿਲੇ ਕੁਛ ਦੱਸੋ। ਗੁਲਾਬੀ ਸੁੰਡੀ ਜੀ, ਇੱਥੇ ਇਹਦਾ ਕੋਈ ਹੋਰ ਹੋਸਟ ਪੌਦਾ ਨਹੀਂ ਹੈ, ਮੇਜ਼ਬਾਨ ਪੌਦਾ ਰਹਿੰਦੀ ਜਿਹੜੀ ਹੈ, ਰਹਿੰਦੀ ਜਿਹੜੀ ਹੈ ਕਪਾਹ 'ਤੇ, ਕਪਾਹ 'ਤੇ ਹੀ ਆਉਂਦੀ ਆ, ਕਪਾਹ ਨੂੰ ਨੁਕਸਾਨ ਦਿੰਦੀ ਆ, ਫਿਰ ਇਹਦਾ ਪਤਾ ਨਹੀਂ ਲੱਗਦਾ ਕਿਉਂ ਵਿੱਚ ਵੜ ਜਾਂਦੀ ਆ, ਅੰਡੇ ਨਹੀਂ ਦਿਸਦੇ, ਪਰਵਾਨਾ ਬੜਾ ਛੋਟਾ ਹੁੰਦਾ। ਕਾਬੂ ਕਰਨ ਵਾਸਤੇ ਫਿਰ ਸਪਰੇਵਾਂ ਬੜੀਆਂ ਕਰਨੀਆਂ ਪੈਂਦੀਆਂ, ਫਿਰ ਇਹ ਪਰਵਾਨਾ ਜਿਹੜਾ ਹੁੰਦਾ ਐਕਟਿਵ ਰਾਤ ਨੂੰ ਹੁੰਦਾ, ਸਪਰੇ ਜਿਹੜੀ ਹੈ ਨਾ ਉਹ ਬੜਾ ਔਖਾ, ਉਹ ਤਾਂ ਦਿਨ ਦੇ ਟਾਈਮ ਹੁੰਦੀ ਸਪਰੇ, ਅਤੇ ਰਾਤ ਨੂੰ ਬਹੁਤ ਔਖਾ ਮੁਸ਼ਕਿਲ ਹੱਲ ਹੁੰਦਾ, ਮਤਲਬ ਜਿੰਨੀਆਂ ਵੀ ਸਪਰੇਵਾਂ ਕਰ ਲਓ ਨਾ ਕਾਬੂ ਨਹੀਂ ਹੁੰਦੀ। ਅੱਛਾ ਜੀ, ਫਿਰ ਇਹਦੇ ਵਾਸਤੇ ਨਾ ਜੀ ਇਹ ਟੈਕਨੋਲੋਜੀ ਆਈ ਹੈ ਪਿਛਲੇ 2 ਸਾਲ ਤੋਂ ਨਵੀਂ। ਤੁਹਾਡੇ ਅੰਦਾਜ਼ੇ ਦੇ ਮੁਤਾਬਿਕ ਕਿੰਨਾ ਨੁਕਸਾਨ ਕਰਦੀ ਗੁਲਾਬੀ? ਕਪਾਹਾਂ ਨੂੰ ਗੁਲਾਬੀ ਅੱਧੋ ਅੱਧ ਨੁਕਸਾਨ ਕਰਦੀ। ਅੱਛਾ, ਮਤਲਬ 50% ਤੁਹਾਡੀ ਪ੍ਰੋਡਕਸ਼ਨ ਜਿਹੜੀ ਆ ਮੁਤਾਸਿਰ ਹੋ ਸਕਦੀ ਹੈ। ਇਹਦਾ ਨੁਕਸਾਨ ਕਿਸ ਟਾਈਪ ਦਾ ਹੁੰਦਾ ਗੁਲਾਬੀ ਦਾ? ਨੁਕਸਾਨ ਟਿੰਡੇ ਤਾਂ ਵਿੱਜ ਜਾਂਦੀ, ਖਾ ਜਾਂਦੀ ਟਿੰਡੇ ਨੂੰ। ਅੱਛਾ, ਮਤਲਬ ਫੁੱਟੀ ਦੀ ਕੁਆਲਿਟੀ? ਹਾਂਜੀ, ਬਹੁਤ ਨੁਕਸਾਨ, ਪੀਲਾ ਰੰਗ ਹੋ ਜਾਂਦਾ ਉਹਦਾ। ਸਹੀ, ਮਤਲਬ ਵੀ ਉਹ ਨਾ ਉਹਦਾ ਰੇਟ ਲੱਗਦਾ, ਨਾ ਵਿਕਦੀ, ਨਾ ਕਾਣੀ ਸਾਰੀ ਕਪਾਹ ਹੋ ਜਾਂਦੀ ਆ, ਮਤਲਬ ਟਿੰਡਾ ਖੁੱਲਦਾ ਆ, ਐਂਡ ਤੱਕ ਇੰਤਜ਼ਾਰ ਕਰਦੇ ਰਹੀਦਾ। ਅਤੇ ਸਰ ਹੱਥ ਦੇ ਵਿੱਚ ਤੁਹਾਡੇ ਕੀ ਚੀਜ਼ ਆ? ਹੱਥ ਦੇ ਵਿੱਚ ਜੀ ਇਹ ਐਗ ਫਾਰਮਾ ਕੰਪਨੀ ਆ, ਈਗਾਲ ਗਰੁੱਪ, ਉਹਨਾਂ ਦਾ ਪ੍ਰੋਡਕਟ ਹੈ ਐਕਸਮੇਟ। ਐਕਸਮੇਟ ਪ੍ਰੋਡਕਟ ਜ਼ਰਾ ਕਰੀਬ ਕਰਨਾ ਸਰ, ਐਕਸਮੇਟ। ਹਾਂਜੀ, ਇਹਦੇ ਬਾਰੇ ਸਰ ਸਾਨੂੰ ਕੁਛ ਦੱਸੋ। ਇਹ ਜੀ ਇਹ ਐਕਸਮੇਟ ਟੈਕਨੋਲੋਜੀ ਹੈ ਨਾ ਦਿੱਤੀ ਐਗ ਫਾਰਮਾ ਨੇ ਨਾ, ਇਹ ਕਿੱਲੇ ਦੇ ਵਿੱਚ 100 ਲਾਈਦੀਆਂ ਨੇ, 80 ਤੋਂ 100। ਇਹ ਹੈ ਕੀ ਚੀਜ਼ ਸਰ? ਪੈਰਾਮੂਨ ਟਰੈਪ। ਅੱਛਾ ਜੀ, ਮਤਲਬ ਪੈਰਾਮੂਨ ਟਰੈਪ ਨੂੰ ਅਗਰ ਆਪਾਂ ਦੇਸੀ ਜ਼ਬਾਨ ਦੇ ਵਿੱਚ ਇਹਨੂੰ ਬਿਆਨ ਕਰਨਾ ਚਾਹੀਏ ਤਾਂ ਇਹਨੂੰ ਕਿਵੇਂ ਕਰਾਂਗੇ? ਮਾਸ਼ਾਅੱਲਾ, ਤੁਸੀਂ ਜੱਟ ਹੋ ਅਤੇ ਤੁਹਾਨੂੰ ਪਤਾ ਵਾ ਕਿ ਜ਼ਿਮੀਂਦਾਰ ਜਿਹੜੇ ਨੇ ਉਹ ਮੋਸਟਲੀ ਜਿਹੜੇ ਨਾ ਦੇਸੀ ਜ਼ਬਾਨ ਸਮਝਦੇ ਨੇ। ਇਹਦੇ ਨਾ ਮਾਦਾ ਦੀ ਖੁਸ਼ਬੂ ਹੁੰਦੀ। ਅੱਛਾ ਜੀ, ਨਰ ਜਾਣਾ ਨਾ ਇਹਦੇ ਉੱਤੇ ਹੀ ਸੁੰਗੇ ਮਾਰਦਾ ਰਹਿੰਦਾ। ਸਹੀ ਸਹੀ, ਅਤੇ ਮੀਟਿੰਗ ਨਹੀਂ ਹੁੰਦੀ, ਫਿਰ ਮਿਲਾਪ ਨਹੀਂ ਹੁੰਦਾ। ਸਹੀ ਹੋ ਗਿਆ, ਮਿਲਾਪ ਨਹੀਂ ਹੁੰਦਾ ਫਿਰ ਅੱਗੇ ਆਂਡੇ ਨਹੀਂ ਦੇ ਸਕਦੀ, ਜਦੋਂ ਆਂਡੇ ਨਹੀਂ ਦੇ ਸਕਦੀ ਤਾਂ ਅਲਟੀਮੇਟਲੀ ਹੁੰਦਾ ਵੀ ਸਾਨੂੰ ਕਾਫੀ ਕੰਟਰੋਲ ਹੋ ਜਾਂਦਾ। ਮਤਲਬ ਇਹਦਾ ਸਿਸਟਮ ਜਿਵੇਂ ਆਪਣਾ ਫਲ ਦੀ ਮੱਖੀ ਦਾ ਬਾਗਾਰ 'ਤੇ ਆਉਂਦਾ ਵਾ ਕਿ ਮਾਦਾ ਜਿਹੜੀ ਖੁਸ਼ਬੂ ਖਾਰਿਜ ਕਰਦੀ ਆ, ਸੋਰੀ, ਮਾਦਾ ਖੁਸ਼ਬੂ ਖਾਰਿਜ ਕਰਦੀ, ਨਰ ਆਉਂਦਾ ਵਾ, ਦੋਵੇਂ ਮਿਲਾਪ ਹੁੰਦਾ, ਕੋਸ਼ਿਸ਼ ਕਰਦਾ ਪਰ ਨੁਕਸਾਨ ਹੁੰਦਾ। ਹਾਂਜੀ ਹਾਂਜੀ, ਅਤੇ ਬਿਲਕੁਲ ਇਹੀ ਸਿਸਟਮ, ਮਤਲਬ ਕਿ ਗੁਲਾਬੀ ਦਾ ਹੁੰਦਾ। ਬਿਲਕੁਲ ਇਸੇ ਤਰ੍ਹਾਂ। ਸਹੀ, ਅਤੇ ਇਹਦੇ ਬਾਰੇ 'ਚ ਮਜ਼ੀਦ ਸਾਨੂੰ? ਮਜ਼ੀਦ ਇਹ ਆ ਵੀ ਇਹ ਤਕਰੀਬਨ 1 ਏਕੜ ਦੇ ਹਿਸਾਬ ਨਾਲ 100 ਲਾਉਣੀਆਂ ਪੈਂਦੀਆਂ ਨੇ। ਅੱਛਾ ਜੀ, ਅਗਰ ਤੁਹਾਡੇ ਕੋਲ ਪਲਾਟ ਵੱਡਾ, ਮਤਲਬ 450-450 ਏਕੜ ਦੇ ਪਲਾਟ ਹੈ ਜੀ ਜੀ, ਅਤੇ ਉਹਦੇ 'ਤੇ ਤੁਸੀਂ ਘੱਟ ਵੀ ਕਰ ਸਕਦੇ ਹੋ, 60 ਵੀ ਲਾ ਸਕਦੇ ਹੋ, 50 ਵੀ ਲਾ ਸਕਦੇ ਹੋ। ਅੱਛਾ, ਅਗਰ ਤੁਹਾਡੇ ਕੋਲ 25 ਏਕੜ ਦਾ ਪਲਾਟ ਹੈ ਤਾਂ ਉਹਦੇ 'ਚ ਤੁਸੀਂ 120-130 ਲਾਉਣੀਆਂ ਨੇ, ਜ਼ਿਆਦਾ ਲਾਉਣੀਆਂ ਨੇ। ਅੱਛਾ, ਅਤੇ ਜੇ ਵੱਡਾ ਪਲਾਟ 50-60 ਤੱਕ ਲਾ ਸਕਦੇ, ਉਹਦਾ ਬੜਾ ਐਕਸਲੈਂਟ ਕੰਟਰੋਲ ਮਿਲਦਾ। ਪਿਛਲੇ ਸਾਲ ਦਾ ਮਤਲਬ ਕਾਫੀ ਸਾਰੇ ਫਾਰਮਰਸ ਨੇ ਲਾਈਆਂ ਸਨ, ਮਤਲਬ ਕਾਫੀ ਸਾਰੇ ਕੀ ਆਖੀਏ, ਮਤਲਬ ਜਿਹਨਾਂ ਨੂੰ ਮੈਂ ਜਾਣਨਾ 10-12 ਨੂੰ ਉਹਨਾਂ ਲਾਈਆਂ। ਸਹੀ, ਅਤੇ ਉਹਨਾਂ ਦਾ ਕਾਫੀ ਬਿਹਤਰ ਰਿਜ਼ਲਟ ਆਇਆ ਸੀ। ਸਰ ਇਹਦੇ ਕਿੰਨੇ ਦਿਨ ਦੇਰ ਦਾ ਕੰਟਰੋਲ ਮਿਲਦਾ ਵਾ ਇਹਦੇ ਨਾਲ? ਮਹਿਕਮਾ ਦਾ ਜਿਹੜਾ ਆਉਂਦਾ ਨਾ ਜੀ, ਉਹ 120 ਦਿਨ ਤੱਕ ਆਉਂਦਾ ਮਹਿਕਮਾ ਜ਼ਰਾਤ। ਮਹਿਕਮਾ ਜ਼ਰਾਤ, ਅੱਛਾ ਜੀ, ਅਤੇ ਕੰਪਨੀਆਂ ਵਾਲੇ ਜਿਹੜੇ ਆਉਂਦੇ ਨੇ ਉਹ ਆਉਂਦੇ 90 ਦਿਨ ਤੱਕ। 90 ਦਿਨ ਤੱਕ, ਅਤੇ ਮੈਂ ਨਾ ਜੀ 90 ਦਿਨ ਵੀ ਕੰਟਰੋਲ ਮਿਲ ਜਾਵੇ ਗੁਲਾਬੀ ਦਾ ਤਾਂ ਬਹੁਤ। ਹਾਂ, ਮਤਲਬ ਅਗਰ ਹੁਣ ਕੋਈ ਇਹਦਾ ਬੈਸਟ ਟਾਈਮ ਕੀ ਆ ਲਾਉਣ ਦਾ? ਬੈਸਟ ਟਾਈਮ ਜਿਹੜਾ ਜੀ ਇਹ ਹੁਣ ਅਸਾਂ ਥੋੜ੍ਹਾ ਜਿਹਾ ਲੇਟ ਹੋ ਗਏ। ਅੱਛਾ, ਇਹਦਾ ਜਦੋਂ ਪਹਿਲੀ ਜਿਹੜੀ ਗੁੱਡੀ ਨਿਕਲੇ ਉਦੋਂ ਲਾ ਦੇਣਾ ਚਾਹੀਦਾ। ਪਹਿਲੀ ਗੁੱਡੀ ਕਿੰਨੇ ਦਿਨਾਂ ਬਾਅਦ ਆਉਣਾ ਸ਼ੁਰੂ ਹੁੰਦੀ ਹੈ ਤਕਰੀਬਨ? ਪਹਿਲੀ ਗੁੱਡੀ ਤੁਸੀਂ ਲਾ ਲਓ ਹਿਸਾਬ 9ਵੀਂ ਗੰਢ 'ਤੇ ਜਿਹੜੀ ਆ ਉਹ ਪਹਿਲੀ ਗੁੱਡੀ, 9ਵੀਂ ਨੋਡ ਕਹਿ ਲਓ ਜਾਂ ਗੰਢ ਕਹਿ ਲਓ, ਬਾਅਦ ਵਰਾਇਟੀਆਂ ਨੇ 7ਵੀਂ ਤੋਂ ਲੈ ਲੈਂਦੀਆਂ ਨੇ, ਬਾਅਦ ਵਰਾਇਟੀਆਂ ਨੇ 9ਵੀਂ ਤੋਂ। ਜੀ ਤੁਸੀਂ ਦੱਸ ਰਹੇ ਸੀ ਗੁੱਡੀ ਦੇ ਬਾਰੇ, ਪਹਿਲੀ ਗੁੱਡੀ ਕਿੰਨੇ ਦਿਨਾਂ ਬਾਅਦ ਆ ਜਾਂਦੀ ਤਕਰੀਬਨ ਕਪਾਹ 'ਤੇ? ਗੁੱਡੀ ਜੀ ਕਪਾਹ 'ਤੇ ਜਿਹੜੀ ਹੁੰਦੀ ਆ ਉਹ 9ਵੀਂ ਨੋਡ 'ਤੇ ਆ ਜਾਂਦੀ ਹੈ। ਅੱਛਾ ਜੀ, 9ਵੀਂ ਗੰਢ 'ਤੇ ਕਹਿ ਲਓ, 9ਵੀਂ ਆ ਨੋਡ ਕਹਿ ਲਓ, 9ਵੀਂ ਗੰਢ 'ਤੇ ਆ ਜਾਂਦੀ ਹੈ। ਕੁਛ ਵਰਾਇਟੀਆਂ ਨੇ ਜਿਹੜੀ 7ਵੀਂ ਗੰਢ 'ਤੇ ਵੀ ਆ ਜਾਂਦੀ, ਮਤਲਬ 9, 27, 27 ਅਤੇ 6 ਲਾ ਲਓ ਤੁਸੀਂ ਉਹਦੇ ਨਿਕਲਣ ਦੇ ਦੇਣੀ ਹੈ, 4, 35 ਤੋਂ 40 ਦਿਨ ਦੇ ਵਿੱਚ ਵਿੱਚ ਲਾ ਲੈਣਾ ਚਾਹੀਦਾ। 3 ਨਾਲ ਜ਼ਰਬ ਕਿਉਂ ਦੇ ਰਹੇ ਹੋ 9, 27 ਦਾ ਕੀ ਮਤਲਬ? ਹਰ 3ਜੇ ਦਿਨ ਬਾਅਦ ਇਹਦਾ ਨਵੀਂ ਨੋਡ ਨਿਕਲਦੀ, ਇੱਕ ਜਿਹੜੀ ਗੱਠ ਬਣਦੀ ਆ ਉਹ 3 ਦਿਨਾਂ 'ਚ ਬਣਦੀ, 3 ਦਿਨਾਂ ਬਾਅਦ ਨਵਾਂ। ਠੀਕ ਹੋ ਗਿਆ, ਕੋਈ ਲੋਕ 3 ਤੋਂ 3.5 ਵੀ ਕਹਿੰਦੇ, ਪਰ 3 ਦਿਨਾਂ 'ਚ ਨਿਕਲ ਜਾਂਦੇ। ਸਹੀ, ਇਹ ਮਤਲਬ ਕਿ ਤੁਸੀਂ 35 ਤੋਂ 40 ਦਿਨ ਦੇ ਦਰਮਿਆਨ ਇਹਨੂੰ ਲਾਓਗੇ? ਹਾਂਜੀ, ਇਹਨੂੰ ਲਾਉਣਾ ਚਾਹੀਦਾ। ਕਪਾਹ ਦੀ ਫਸਲ ਮਤਲਬ ਕਿੰਨੇ ਦਿਨਾਂ ਤੱਕ ਚੱਲਦੀ ਅੱਗੇ?
ਕਪਾਹ ਦੀ ਫਸਲ ਜੀ 120 ਦਿਨਾਂ ਤੱਕ ਜਿਹੜਾ ਸਾਡਾ ਤਜਰਬਾ 120 ਦਿਨਾਂ ਤੱਕ ਚੱਲ ਸਕਦੀ ਹੈ। ਸਹੀ ਹੈ, ਮਤਲਬ ਕੋਈ ਲੋਕ ਆਉਂਦੇ 40 ਗੰਢਾਂ ਕਰ ਸਕਦੀ ਹੈ, ਕੋਈ 35 ਆਉਂਦੇ ਨੇ, ਕੋਈ 32 ਆਉਂਦੇ ਨੇ, ਮਤਲਬ 40 ਤੱਕ ਜਾ ਸਕਦੀ, 120 ਦਿਨਾਂ ਤੱਕ ਜਾ ਸਕਦੀ। ਹੁਣ ਜੇ ਇਹ ਹੁਣ 2 ਮਹੀਨੇ ਹੋ ਗਏ ਇਹਨੂੰ, 2 ਮਹੀਨੇ ਨਾ ਹੋਏ ਤਾਂ 45 ਕੁ ਦਿਨ ਹੋ ਗਏ ਇਸ ਫਸਲ ਨੂੰ। ਸਹੀ ਹੈ, ਅਤੇ ਇਹ 3 ਮਹੀਨਿਆਂ ਦਾ ਜੇ ਕੰਟਰੋਲ ਦਿੰਦੀ ਹੈ, ਇਹ ਹੁਣ ਜੁਲਾਈ ਹੈ ਜੀ, ਜੁਲਾਈ ਦੀ 17 ਹੋ ਗਈ। ਹਾਂ, 17 ਜੁਲਾਈ, ਅਗਸਤ ਸਤੰਬਰ ਜਿਹੜਾ ਜਿਹੜਾ ਗੁਲਾਬੀ ਵਾਲਾ ਫਲੱਸ਼ ਉਹ ਕੰਟਰੋਲ ਜਿਹੜਾ ਕਰਨਾ ਬੜਾ ਉਹਦਾ ਪਤਾ ਹੀ ਨਹੀਂ ਲੱਗਦਾ। ਹਾਂ ਹਾਂ, ਅਤੇ ਉਹ ਅਗਸਤ ਸਤੰਬਰ ਜੇ ਕੰਟਰੋਲ ਹੋ ਜਾਵੇ ਤਾਂ ਅਕਤੂਬਰ ਤੱਕ ਜਾਏਗਾ ਇਹਦਾ ਅਸਰ। 90 ਦਿਨ ਵੀ ਕੰਟਰੋਲ ਰਹਿੰਦਾ ਤਾਂ ਬਹੁਤ ਕੰਟਰੋਲ ਹੋ ਗਿਆ। ਠੀਕ ਹੋ ਗਿਆ ਸਰ। ਇੱਕ ਤਾਂ ਇਹਦਾ ਮੈਨੂੰ ਦੱਸੋਗੇ ਤੁਸੀਂ ਲਾਉਣ ਦਾ ਤਰੀਕਾਕਾਰ ਕੀ ਆ? ਤੁਸੀਂ ਦੱਸਿਆ ਕਿ 100 ਤੋਂ 120 ਲਾਉਣੇ ਆ, ਉਹ ਆਪਾਂ ਕਿਵੇਂ ਡਿਸਾਈਡ ਕਰਾਂਗੇ ਕਿ 100 ਕਿਵੇਂ ਲਾਉਣੇ, 120 ਅਗਰ ਲਾਉਣੇ ਉਹ ਕਿਸ ਹਿਸਾਬ ਨਾਲ? ਤੁਸੀਂ ਏਕੜ ਦੀ ਡਿਮੈਂਸ਼ਨ ਜਾਂ ਜਿਹੜੀ ਉਹ ਲੈਣੀ ਆ ਏਕੜ ਦੀ, ਤੁਸੀਂ ਮੈਸ਼ ਉਹ ਤੁਸੀਂ ਲੋਕ ਚੁੜਾਈ ਦੇ ਰੁੱਖ ਨੂੰ ਨਾ, ਚੁੜਾਈ ਦੇ ਰੁੱਖ ਤੁਸੀਂ ਲਾਉਣਾ ਸ਼ੁਰੂ ਕਰੋਗੇ। ਅੱਛਾ ਜੀ, ਚੁੜਾਈ ਦੇ ਰੁੱਖ 10 ਬੰਦੇ ਤੁਸੀਂ ਸਲਾਰ ਲੋਕ। ਅੱਛਾ ਜੀ, ਹਰ 12 ਲੈਣਾ ਦੇ ਵਿੱਚ। ਅੱਛਾ ਜੀ, ਮੱਥਾ ਤਾਂ ਹੋ ਗਿਆ ਨਾ ਸਿੱਧਾ, ਅਤੇ ਦੂਸਰਾ ਲੈਣਾ ਆ ਜਾਂਦਾ ਸਾਨੂੰ ਇਹ, ਮਤਲਬ ਜ਼ੁਬਾਨੀ ਕਲਾਮੀ ਨਹੀਂ, ਸਾਨੂੰ ਜ਼ਰਾ ਇਹਦਾ ਕਰਕੇ ਦਿਖਾਓ। ਆਓ ਨਾ ਜੀ, ਇੱਥੋਂ ਸ਼ੁਰੂ ਹੋ ਰਿਹਾ ਜੀ ਏਕੜ ਨਵਾਂ, ਇੱਥੋਂ ਸ਼ੁਰੂ ਕਰਿਆ। ਹਾਂਜੀ, ਇੱਧਰ ਆ ਜਾਓ ਸਰ, ਕਾਇੰਡਲੀ ਅੱਗੇ ਥੋੜ੍ਹਾ, ਇੱਥੋਂ ਅਸੀਂ ਸ਼ੁਰੂ ਕਰ ਲਾਂਗੇ ਜੀ। ਇੱਕ ਬੰਦਾ ਇੱਥੇ ਖਿਲਾਰ ਜਾਂਗੇ। ਸਹੀ ਹੈ, ਪਹਿਲੀ ਲਾਈਨ 'ਤੇ ਮੈਂ ਇੱਥੇ ਖੜਾ ਹੋ ਗਿਆ। ਆ ਵਿਕਾਸ ਸਾਹਿਬ ਇੱਥੇ ਖੜੇ ਹੋ ਗਏ ਨੇ ਜੀ। ਅੱਛਾ ਜੀ, ਮਤਲਬ ਇੱਥੋਂ ਸ਼ੁਰੂ ਕਰਾਂਗੇ, ਇੱਕ ਬੰਦਾ ਇੱਥੇ ਖਿਲਾਰ ਜਾਂਗੇ ਜੀ, ਇੱਥੋਂ ਗਿਣਾਂਗੇ। ਅੱਛਾ, 2 3 4 5 6 7 8 9 10 11 12। ਅੱਛਾ ਜੀ, 12ਵੀਂ ਲਾਈਨ 'ਤੇ ਹੋਰ ਬੰਦਾ ਖਿਲਾਰ ਜਾਂਗੇ। ਅੱਛਾ ਜੀ, ਫਿਰ 12ਵੀਂ ਲਾਈਨ ਇੱਥੋਂ ਅਗਲੀ ਲਾਈਨ ਤੋਂ ਗਿਣਗੇ ਨਾ ਜੀ 12। ਜੀ ਜੀ ਜੀ, ਫਿਰ ਅੱਗੇ ਇੱਕ ਹੋਰ ਬੰਦਾ ਖਿਲਾਰ ਜਾਂਗੇ। ਸਹੀ ਹੈ, ਦੇਖੋ ਤੁਸੀਂ ਲਾ ਰਹੇ ਹੋ। ਹਾਂਜੀ, ਅਗਰ ਕਿਤੇ ਮੈਂ ਜ਼ੂਮ ਕਰ ਰਿਹਾ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ, ਲਾਈਨਾਂ 12ਵੀਂ ਲਾਈਨ 'ਤੇ ਬੰਦੇ ਨਾ, ਹਾਂਜੀ, ਇਹਨੂੰ ਲਾ ਰਹੇ ਨੇ। ਠੀਕ ਹੋ ਗਿਆ, 12ਵੀਂ ਲਾਈਨ 'ਤੇ ਖਿਲਾਰ ਲਿਆ ਇਹਨਾਂ ਨੂੰ ਜੀ, ਫਿਰ ਕਦਮ ਗਿਣਨੇ ਨਾ ਜੀ ਸ਼ੁਰੂ ਤੋਂ। ਅੱਛਾ ਜੀ, ਅੱਛਾ ਇਹ ਪਹਿਲਾ 100। ਹਾਂਜੀ, ਇਹ ਤੁਸੀਂ ਕਦਮ ਗਿਣੋਗੇ 6। ਅੱਛਾ ਜੀ, 1 2 3 4 5 6 ਇੱਥੇ ਆ ਕੇ ਤੁਸੀਂ ਆਪਣੀ 12 ਬੰਦਿਆਂ ਦੀ ਜਿਹੜੀ 10 ਬੰਦਿਆਂ ਦੀ ਲਾਈਨ ਹੈ ਨਾ ਉਹ ਸਿੱਧੀ ਕਰ ਲਓਗੇ। ਅੱਛਾ, ਮਤਲਬ ਜਿਹੜੇ 10 ਬੰਦੇ ਤੁਸੀਂ ਖੇਲਾਂ 'ਚ ਖੜੇ ਕੀਤੇ ਨੇ ਉਹ ਸਾਰੇ ਇਸੇ ਲਾਈਨ 'ਚ ਆ ਜਾਣਗੇ? ਉਹ ਦੇਖੋ ਨਾ, ਸਾਰੇ ਇੱਕੋ ਲਾਈਨ ਬਰਾਬਰ ਕਰ ਲੈਣ। ਹਾਂਜੀ, ਬਿਲਕੁਲ ਲਾਈਨ ਬਰਾਬਰ ਕਰ ਲੈਣ, ਫਿਰ ਇਹ ਲਾਈਨ ਨੂੰ ਬਰਾਬਰ ਕਰ ਲੈਣਗੇ 6। ਸਹੀ ਹੈ, ਫਿਰ ਜਦੋਂ ਲਾ ਦੇਣਗੇ ਸਾਰੇ, ਆਹ ਦੇਖੋ ਜਿਵੇਂ ਲੱਗਾ। ਹਾਂਜੀ, ਬਿਲਕੁਲ ਜੀ, ਹਾਂ ਇਹ ਲਾ ਦੇਣਗੇ ਜਦੋਂ, ਫਿਰ 6 ਕਦਮ ਅੱਗੇ ਕਰ ਲੈਣੇ। ਠੀਕ ਹੋ ਗਿਆ ਜੀ, ਜਦੋਂ 6 ਕਦਮ ਅੱਗੇ ਕਰੇ ਫਿਰ ਸਾਰਿਆਂ ਨੂੰ ਖਿਲਾਰ ਕੇ ਲੈਣ ਦੇਖ ਲਓ, ਇੱਕ ਵਾਰੀ ਬਰਾਬਰ ਕਰ ਲਓ। ਠੀਕ ਹੈ, ਮਤਲਬ ਉਹ 1-2 ਵਾਰੀ ਪ੍ਰੈਕਟਿਸ ਹੋ ਜਾਵੇ ਤਾਂ ਫਿਰ ਉਹ ਸੈੱਟ ਹੋ ਜਾਂਦਾ ਕੰਮ। ਠੀਕ ਹੋ ਗਿਆ। ਅੱਛਾ ਸਰ, ਇਹਦਾ ਮੈਨੂੰ ਇਹ ਦੱਸੋ ਕਿ ਲਾਣਾ ਕਿੰਨੀ ਹਾਈਟ 'ਤੇ ਚਾਹੀਦਾ ਵਾ? ਦੇਖੋ, ਮਤਲਬ ਜ਼ਮੀਨ ਤੋਂ ਕਿੰਨਾ ਉੱਤੇ ਹੋਵੇ ਔਰ ਉੱਤੋਂ ਥੱਲੇ ਕਿੰਨਾ ਹੋਵੇ? ਤਕਰੀਬਨ ਜਿਹੜਾ ਉਹ ਗਿੱਠ ਦਾ ਜਾਂ 5 ਉਂਗਲੀਆਂ ਦਾ, ਅੱਛਾ ਜੀ, 4 ਉਂਗਲੀਆਂ ਦਾ ਜਿਹੜਾ ਉਹ ਤੁਸੀਂ ਫਾਸਲਾ ਰੱਖ ਕੇ ਤੁਸੀਂ ਉਤਲੀ ਸਾਈਡ ਤੋਂ। ਹਾਂਜੀ, ਅੱਛਾ, ਲਾਣ ਦਾ ਤਰੀਕਾ ਘਰ ਇਹੋ ਹੀ ਹੈ ਸਰ। ਇਹ ਜ਼ਰਾ ਨਜ਼ਦੀਕ ਕਰਕੇ ਦਿਖਾਉਣਾ, ਇਹ ਹੁੰਦੀ ਕਿਸ ਤਰ੍ਹਾਂ ਦੀ ਆ? ਲਾਣ ਦਾ ਤਰੀਕਾ ਘਰ ਇਹਨੂੰ, ਇਹਦੇ ਅੰਦਰ ਇੱਕ ਸਰ ਤਾਰ ਮੈਨੂੰ ਨਜ਼ਰ ਆ ਰਹੀ ਛੋਟੀ ਜੀ। ਹਾਂਜੀ, ਉਹ ਮਤਲਬ ਤਾਰ ਦੇ ਆਲੇ ਦੁਆਲੇ ਨੂੰ ਲਪੇਟਿਆ ਗਿਆ ਵਾ। ਸਹੀ ਹੈ, ਇਹਨੂੰ ਬੜਾ ਬਰਾਬਰ ਕਰ ਲੈਣਾ ਦੋਵਾਂ ਨੂੰ। ਠੀਕ ਹੈ ਸਰ, ਇਹਨੂੰ ਥੋੜ੍ਹਾ ਜਿਹਾ ਉੱਤੇ ਨੂੰ ਕਰ ਲਓ। ਗੰਢ 19 ਰੱਖਣੀ ਹੈ, ਇਹ ਤੁਸੀਂ ਇੱਦਾਂ ਇਹਨੂੰ ਇੰਨਾ ਕੁ ਰੱਖਣਾ ਵੀ ਜਿੱਦਾਂ ਕਿ ਕੱਲ੍ਹ ਨੂੰ ਜਦੋਂ ਉਹ ਉਹਦੀ ਡੰਡੀ ਕਪਾਹ ਜਦੋਂ ਮੋਟੀ ਹੁੰਦੀ ਹੈ, ਹਾਂਜੀ ਹਾਂਜੀ, ਵਿੱਚ ਫਸੇ ਨਾ, ਉਹਨੂੰ ਕੋਈ ਤੰਗੀ ਨਾ ਹੋਵੇ। ਠੀਕ ਹੈ, ਉਸ ਤੋਂ ਬਾਅਦ ਜਦੋਂ ਇਹਨੂੰ ਦੋਵਾਂ ਨੂੰ ਬਰਾਬਰ ਰੱਖ ਲਓਗੇ ਜੀ, ਠੀਕ ਹੈ, ਉਦੋਂ ਇਹਨੂੰ 2 ਵੱਟ ਦੇ ਦਿਓ। ਸਹੀ ਹੈ, ਵੱਟ ਦੇ ਕੇ ਤਾਂ ਹੁਣ ਤਾਂ ਨੂੰ ਉਹਦਾ ਮੂੰਹ ਕਰ ਦਿਓ। ਠੀਕ ਹੋ ਗਿਆ, ਇੱਦਾਂ ਇਹ ਮਤਲਬ ਤੁਹਾਡਾ ਠੀਕ ਹੈ ਲੱਗ ਜਾਏਗਾ ਸਰ। ਇਹ ਪੌਦੇ ਦੇ ਨਾਲ ਜ਼ਰਾ ਮੈਨੂੰ ਲਾ ਕੇ ਦਿਖਾਓਗੇ? ਹਾਂ ਜੀ, ਫਟਕੁਰ ਦਾ ਪੌਦਾ ਜੀ, ਇੱਥੇ ਮੈਂ ਲਾਵਾਂਗਾ, ਐਨ ਬਰਾਬਰ ਕਰ ਲਿਆ। ਠੀਕ ਹੈ, ਇਹਦਾ ਇੰਨਾ ਕੁ ਇਹਦਾ ਰੱਖ ਲਿਆ ਉਹ, ਹਾਂ, ਤਾਂ ਕਿ ਅਗਰ ਡੰਡੀ ਮੋਟੀ ਹੋਵੇ ਤਾਂ ਇਹਨੂੰ ਤੰਗ ਨਾ ਕਰੇ। ਹਾਂਜੀ, ਠੀਕ ਹੋ ਗਿਆ, ਇਹਦਾ ਮੂੰਹ ਤੁਹਾਨੂੰ ਕਰ। ਠੀਕ ਹੋ ਗਿਆ ਸਰ, ਇਹ ਮਤਲਬ ਤੁਸੀਂ ਜਿਵੇਂ ਦੱਸਿਆ ਕਿ ਪਹਿਲੀ ਖੇਲ 'ਤੇ ਲਾਉਣਾ ਵਾ, ਉਸ ਤੋਂ ਬਾਅਦ 11 ਖੇਲਾਂ ਛੋੜ ਕੇ ਫਿਰ 12ਵੀਂ ਖੇਲ 'ਤੇ ਦੁਬਾਰਾ, ਔਰ ਜਦੋਂ ਖੇਲਾਂ ਦੇ ਨਾਲ ਨਾਲ ਤੁਰਨਾ ਵਾ ਫਿਰ ਹਰ 6 ਕਦਮ ਦੇ ਫਾਸਲੇ 'ਤੇ ਤੁਸੀਂ ਇਹਨੂੰ ਲਾਈ ਜਾਣਾ। ਅਗਰ ਮਤਲਬ ਇੱਕ ਛੋਟੇ ਪਲਾਟ 'ਤੇ ਲਾਉਣਾ? ਅੱਛਾ ਜੀ, ਕਮ ਅਜ਼ ਕਮ ਕਿੰਨੇ ਪਲਾਟ 'ਤੇ ਲੱਗ ਸਕਦਾ ਸਰ? ਇਹ ਕਮ ਅਜ਼ ਕਮ 25 ਏਕੜ ਦੇ ਪਲਾਟ 'ਤੇ ਲੱਗ ਸਕਦਾ।
ਅੱਛਾ ਕਮ ਅਜ ਕਮ 25 ਏਕੜ ਹੋਣਾ ਜ਼ਰੂਰੀ ਨੇ 25 ਏਕੜ ਦੇ ਪਲਾਟ ਤੇ ਲੱਗ ਸਕਦਾ ਮਤਲਬ ਕੁਝ ਲੋਕ ਆਂਦੇ ਨੇ ਵੀ ਕਿੱਲੇ ਤੇ ਵੀ ਲਾ ਲਈਏ ਅੱਛਾ ਏਕੜ ਤੇ ਨਾ ਜੀ ਫਿਰ ਤੁਸੀਂ 150 ਵੀ ਲਾਓਗੇ 200 ਵੀ ਲਾਓਗੇ ਫਿਰ ਉਹ ਘੱਟ ਅੱਛਾ ਮਤਲਬ ਜਿੰਨਾ ਕਿ ਇਫੈਕਟਿਵ ਹੋਏਗਾ ਫਿਰ ਤਾਂ ਕਰੇਗਾ ਮਤਲਬ ਮਹਿਕਮੇ ਦੀ ਔਰ ਤੁਹਾਡੀ ਆਪਣੀ ਜਿਹੜੀ ਰੈਕਮੈਂਡੇਸ਼ਨ ਆ ਉਹ ਇਹ ਆ ਕਿ ਤੁਸੀਂ ਹਾਂਜੀ ਇਹਨੂੰ 25 ਏਕੜ ਦਾ ਪਲਾਟ ਹੋਵੇ ਪਲਾਟ ਤੇ ਨਾ ਲਾਈਏ ਉਹਦੇ ਤੇ ਨਾ ਲਾ ਉਹਦਾ ਕੀ ਨੁਕਸਾਨ ਹੋਏਗਾ ਫਿਰ ਨੁਕਸਾਨ ਉਹਦਾ ਇਹੋ ਹੁੰਦਾ ਵੀ ਇੱਕ ਤੇ ਜੀ ਬਾਹਰ ਵਾਲੀ ਜਿਹੜੀ ਹੈ ਇਹਦੀ ਦੂਸਰੇ ਖੇਤਾਂ ਦੀ ਜਿਹੜੀ ਹਾਂਜੀ ਹਾਂਜੀ ਉਹਦੀ ਐਕਟੀਵਿਟੀ ਵੱਧ ਜਾਂਦੀ ਅੱਛਾ ਮਤਲਬ ਉਹ ਫਾਇਦਾ ਹੋਣ ਦੀ ਬਜਾਏ ਤੁਹਾਨੂੰ ਨੁਕਸਾਨ ਹੋ ਸਕਦਾ ਕਿ ਤੁਹਾਡੇ ਖੇਤ ਦੇ ਵਿੱਚ ਗੁਲਾਬੀ ਵੱਧ ਜਾਏਗੀ ਅੱਛਾ ਜੀ ਮਤਲਬ ਕਮ ਅਜ ਕਮ 25 ਏਕੜ ਹੋਣ ਤੇ ਫਿਰ ਇਹਦੀ ਖੁਸ਼ਬੂ ਬਰਾਬਰ ਫੈਲੇਗੀ ਹਰ ਸਾਈਡ ਤੇ ਔਰ ਫਿਰ ਤੁਹਾਨੂੰ ਜ਼ਿਆਦਾ ਅੱਛਾ ਕੰਟਰੋਲ ਮਿਲੇਗਾ ਜਿੰਨਾ ਜ਼ਿਆਦਾ ਰਕਬਾ ਸਾਢੇ 400 ਏਕੜ ਦਾ ਪਲਾਟ ਅਤੇ ਇੱਥੇ ਅਸਾਂ ਜਿਹੜਾ ਕਰ ਰਹੇ ਹਾਂ ਮਤਲਬ ਮਹਿਕਮਾ ਗੁਜਰਾਤ ਨੇ 60-60 ਦੀ ਵੀ ਲਾਈ ਰਿਕਮੈਂਡੇਸ਼ਨ ਦਿੱਤੀ 50-50 ਦੀ ਅਸਾਂ 85-85 ਕਰ ਰਹੇ ਹਾਂ 85 ਲਾ ਰਹੇ ਹਾਂ ਅਸਾਂ 8-8 ਮਤਲਬ ਲੈਣ 'ਤੇ 8-8 ਦੇ ਹਿਸਾਬ ਨਾਲ 8-8 ਕਦਮ 'ਤੇ 8 ਕਦਮ 'ਤੇ ਬੰਦਿਆਂ ਨੂੰ ਜਿਹੜਾ ਉਹ ਕਰਵਾ ਰਹੇ ਹਾਂ ਅੱਛਾ ਜੀ ਅਤੇ ਮਾਸ਼ਾਅੱਲਾ ਨਵੀਂ ਟੈਕਨੋਲੋਜੀ ਹੈ ਲੋਕ ਆ ਕੇ ਪੁੱਛਦੇ ਵੀ ਨੇ ਕੀ ਲਾ ਰਹੇ ਹੋ ਮਤਲਬ ਇਹਦਾ ਜੇ ਜਿਵੇਂ ਅਸਾਂ ਪਿਛਲੀ ਵਾਰੀ ਲੋਕਾਂ ਕੋਲੋਂ ਮਸ਼ਵਰੇ ਲਏ ਮਤਲਬ ਬੜੀ ਰਿਸਰਚ ਕੀਤੀ ਇਹਦੇ ਬਾਰੇ ਵੀ ਰਿਜ਼ਲਟ ਬਿਹਤਰੀਨ ਹੈ ਅਤੇ ਇਹ ਇਨਸ਼ਾਅੱਲਾ ਜੇ ਅਗਰ ਜੀ ਇਹਦਾ ਇਹ ਜਿਵੇਂ ਕਹਿ ਰਹੇ ਨੇ ਲੋਕ ਬਿਹਤਰੀਨ ਰਿਜ਼ਲਟ ਅਤੇ 4-5 ਸਪਰੇਅ ਹੋ ਜਾਂਦੇ ਨੇ ਗੁਲਾਬੀ ਦੇ ਹਾਂ ਮੈਂ ਇਹ ਕੁਐਸਚਨ ਤੁਹਾਨੂੰ ਅਗਲਾ ਕਰਨ ਵਾਲਾ ਸੀ ਕਿ ਇਹਦੀ ਕੋਸਟ ਕਿੰਨੀ ਆਉਂਦੀ ਆ ਔਰ ਅਗਰ ਕੰਪੇਅਰ ਕਰੀਏ ਆਪਾਂ ਸਪਰੇਅ ਦੇ ਨਾਲ ਤਾਂ ਉਹ ਜ਼ਿਆਦਾ ਸਸਤਾ ਪੈਂਦਾ ਵਾ ਜਾਂ ਇਹ ਜ਼ਿਆਦਾ ਸਸਤਾ ਦੇਖੋ ਜੀ ਬਾਜ਼ ਕੰਪਨੀਆਂ ਜਾਂ ਆਮ ਮੂਮਨ ਰਿਕਮੈਂਡੇਸ਼ਨ ਹੁੰਦੀ ਹੈ ਵੀ ਪਹਿਲਾਂ ਸਪਰੇਅ ਬਾਈਫੈਂਥਰੀਨ ਕਰ ਲਓ ਪੈਰਾਥਾਈਡ ਗਰੁੱਪ ਦਾ ਕੋਈ ਵੀ ਪੈਰਾਥਾਈਡ ਦਾ ਕਰ ਲਓ ਦੂਸਰਾ ਜਿਹੜਾ ਤੁਸੀਂ ਡੈਲਟਾ ਟ੍ਰਾਈ ਦਾ ਮਤਲਬ ਜਿਹੜਾ ਮਿਕਸਚਰ ਮਿਲਦਾ ਜੀ ਜੀ ਉਹ ਕਰੋ ਤੀਸਰਾ ਫਿਰ ਪੈਰਾਥਾਈਡ ਦਾ ਕਰੋ ਚੌਥਾ ਫਿਰ ਤੁਸੀਂ ਜਿਹੜਾ ਉਹ ਡੈਲਟਾ ਟ੍ਰਾਈ ਦਾ ਕਰੋ ਪੰਜਵਾਂ ਫਿਰ ਜਿਹੜਾ ਉਹ ਤੁਸੀਂ ਉਹ ਡੈਲਟਾ ਟ੍ਰਾਈ ਦਾ ਕਰੋ ਅਤੇ 5 ਸਪਰੇਅ ਨੇ ਜੀ ਅਤੇ 5 ਸਪਰੇਅ ਦਾ ਤੁਸੀਂ ਲਾ ਲਓ 17-1800 ਨੂੰ ਜਿਹੜਾ ਹੈ ਆ ਉਹ ਡੈਲਟਾ ਟ੍ਰਾਈ ਹੈ ਜੀ ਮਿਕਸਚਰ ਜਿਹੜਾ ਹਾਂ ਮਿਕਸਚਰ ਸਹੀ ਹੈ ਅਤੇ ਅੱਛੀ ਕੰਪਨੀ ਦਾ ਨਾ ਆਮ ਉਹ ਮੁਖਲਿਫ ਕੰਪਨੀਆਂ ਦਾ ਰੇਟ ਮੁਖਲਿਫ ਹੋਏਗਾ ਜ਼ਾਹਿਰ ਹੈ ਅੱਛਾ ਜਿਹੜਾ ਹੈ ਅਤੇ ਬਾਈਫੈਂਸਿੰਗ ਜਿਹੜਾ ਉਹ ਬਹੁਤ ਜ਼ਿਆਦਾ ਮਤਲਬ ਜਿਨ੍ਹਾਂ ਦਾ ਪੁਰਾਣੇ ਬ੍ਰਾਂਡ ਵਿਕ ਰਹੇ ਨੇ ਉਹ ਮਤਲਬ ਸਾਨੂੰ 1800 ਵੀ ਲੱਗ ਜਾਂਦਾ 1900 ਵੀ ਲੀਟਰ ਲੱਗ ਜਾਂਦਾ ਉਹ 2 ਏਕੜ 'ਤੇ ਹੋ ਜਾਂਦਾ 900 ਰੁਪਏ ਦਾ ਖਰਚਾ ਅਤੇ 18-36 ਅਤੇ 5-6 ਹਜ਼ਾਰ ਰੁਪਇਆ ਜਿਹੜਾ ਨਾ ਜੀ ਉਹ ਗੁਲਾਬੀ ਸੁੰਡੀ ਵਾਸਤੇ ਫਿਰ ਵੀ ਕੰਟਰੋਲ ਨਹੀਂ ਹੁੰਦੀ ਮਤਲਬ ਉਹਦੇ ਵਿੱਚ ਤੁਸੀਂ 5-6 ਹਜ਼ਾਰ ਰੁਪਇਆ ਸਪਰੇਅ ਕਰਨ ਤੋਂ ਬਾਅਦ ਵੀ ਤੁਹਾਨੂੰ ਇਹ ਸ਼ੋਰ ਨਹੀਂ ਹੋਏਗਾ ਕਿ ਗੁਲਾਬੀ ਸੁੰਡੀ ਕੰਟਰੋਲ ਹੋਏਗੀ ਜਾਂ ਨਹੀਂ ਹਾਂਜੀ ਅੱਛਾ ਸਰ ਅਗਲਾ ਮੇਰਾ ਸਵਾਲ ਇਹ ਆ ਕਿ ਜਦੋਂ ਤੁਸੀਂ ਇਹ PB ਰੋਪਸ ਜਾਂ ਐਕਸਮੇਟ ਲਾ ਦਿੰਦੇ ਹੋ ਉਸ ਤੋਂ ਬਾਅਦ ਤੁਸੀਂ ਕਿਵੇਂ ਇਹਨੂੰ ਚੈੱਕ ਕਿਵੇਂ ਕਰ ਸਕਦੇ ਹੋ ਕਿ ਗੁਲਾਬੀ ਦਾ ਅਟੈਕ ਕਿੰਨਾ ਕੁ ਆਇਆ ਵਾ ਆਇਆ ਨਹੀਂ ਆਇਆ ਇਹਦੇ ਨਾਲ ਨਾ ਜੀ ਉਹ ਸਾਨੂੰ ਦੇ ਰਹੇ ਨੇ ਕੰਪਨੀ ਨੇ ਸਾਨੂੰ ਦਿੱਤਾ ਉਹ ਡੱਬਾ ਲਾਉਣ ਵਾਲਾ ਐਕਟੀਵਿਟੀ ਚੈੱਕ ਕਰਨ ਵਾਲਾ ਨਾ ਗੁਲਾਬੀ ਦੇ ਉਹ 10 ਏਕੜਾਂ ਦੇ ਵਿੱਚ ਇੱਕ ਉਸਾਂ ਲਾਉਣਾ ਜਦੋਂ ਪਲਾਟ ਮੁੱਕ ਗਏ ਸਾਡੇ ਲੱਗ ਗਏ ਅਤੇ 10 ਏਕੜਾਂ ਦੇ ਵਿੱਚ ਇੱਕ ਅਸਾਂ ਲਾਵਾਂਗੇ ਉਹ ਅਸਾਂ ਹਰ 7ਵੇਂ ਦਿਨ ਬਾਅਦ 8ਵੇਂ ਦਿਨ ਬਾਅਦ ਆ ਕੇ ਉਹਦੀ ਚੈੱਕ ਕਰਾਂਗੇ ਐਕਟੀਵਿਟੀ ਵੀ ਉਹਦੇ ਵਿੱਚ ਕੋਈ ਆਇਆ ਨਹੀਂ ਆਇਆ ਕੀ ਹਿਸਾਬ ਕਿਤਾਬ ਹੈ ਸਹੀ ਹੈ ਅਤੇ ਉਹ ਫਿਰ ਉਸ ਹਿਸਾਬ ਨਾਲ ਫਿਰ ਅਸਾਂ ਮਤਲਬ ਵੀ ਲਾਵਾਂਗੇ ਫੈਸਲਾ ਕਰਾਂਗੇ ਵੀ ਕੀ ਹੈ ਠੀਕ ਹੋ ਗਿਆ ਸਰ ਜਿਵੇਂ ਫਰੂਟ ਫਲਾਈ ਵਾਸਤੇ ਆਪਾਂ ਜਿਨਸੀ ਫੰਦੇ ਲਾਈਦੇ ਨੇ ਬਿਲਕੁਲ ਐਵੇਂ 10 ਏਕੜ ਦੇ ਵਿੱਚ ਇੱਕ ਫੰਦਾ ਲੱਗੇਗਾ ਉੱਥੇ ਤੁਸੀਂ ਚੈੱਕ ਕਰੋਗੇ ਕਿ ਇਹਦੀ ਕਿੰਨੀ ਐਕਟੀਵਿਟੀ ਆ ਰਹੀ ਹੈ ਕਿਸ ਹਿਸਾਬ ਅੱਛਾ ਸਰ ਇਹ ਕਿੰਨੇ ਅਰਸੇ ਤੋਂ ਯੂਜ਼ ਹੋ ਰਿਹਾ ਤਕਰੀਬਨ ਪਾਕਿਸਤਾਨ 'ਚ ਤਾਂ 2 ਸਾਲ ਤੋਂ ਹੀ ਮਤਲਬ ਪਿਛਲੇ ਸਾਲ ਇਹਦੇ 'ਤੇ ਮਤਲਬ ਇਹਦਾ ਇਹ ਇਨੀਸ਼ੀਏਟਿਵ ਕਿਹਨੇ ਲਿਆ ਸੀ ਕਿੱਥੋਂ ਸ਼ੁਰੂ ਹੋਇਆ ਇਹ ਕੰਮ ਇਹ ਇਨੀਸ਼ੀਏਟਿਵ ਜੀ ਇਵਿਓਲ ਗਰੁੱਪ ਨੇ ਮੈਨੂੰ ਲੱਗਦਾ ਲਿਆ ਹੈਗਾ ਐਗ ਫਾਰਮਾ ਕੰਪਨੀ ਸਾਡਾ ਤਾਂ ਕਿਉਂਕਿ ਉਹਨਾਂ ਦਾ ਤਲਕ ਜੀ ਜੀ ਸਾਨੂੰ ਤਾਂ ਉਹਨਾਂ ਹੀ ਆ ਕੇ ਦੱਸਿਆ ਬਾਰ ਬਾਰ ਜੀ ਜੀ ਐਗ ਫਾਰਮਾ ਦਾ ਮੈਨੂੰ ਪਤਾ ਜ਼ਿਆਦਾ ਸਰ ਕਿਉਂਕਿ ਕਿਉਂਕਿ ਮਹਿਕਮਾ ਜ਼ਰਾਤ ਵੈਸੇ ਮਹਿਕਮਾ ਜ਼ਰਾਤ ਜਿਹੜਾ ਨਾ ਉਹ ਬੜਾ ਐਕਟਿਵ ਰਿਹਾ ਇਸ ਬਾਰੇ ਉਹਨਾਂ ਲੋਕਾਂ ਨੂੰ ਆ ਕੇ ਉਹਨਾਂ ਫਾਰਮਰ ਮੀਟਿੰਗਸ ਕੀਤੀਆਂ ਨੇ ਮਤਲਬ ਫੀਲਡ ਜਿਹੜਾ ਮਤਲਬ ਜਿਹਨਾਂ ਲੋਕਾਂ ਨੂੰ ਮਤਲਬ ਮੋਟੀਵੇਟ ਕੀਤਾ ਉਹ ਐਗ ਫਾਰਮਾ ਨੇ ਕੀਤਾ ਠੀਕ ਹੋ ਸਰ ਅਗਰ ਕੋਈ ਬੰਦਾ ਇਸਤੇਮਾਲ ਨਹੀਂ ਕਰ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਨਾ 25 ਏਕੜ 'ਤੇ ਕਮ ਅਜ਼ ਕਮ ਹੋਣਾ ਚਾਹੀਦਾ ਵਾ ਉਹਦੇ ਵਿੱਚ 25 ਏਕੜ ਦੇ ਵਿੱਚ ਵੀ ਇਹ ਆ ਕਿ ਸਿਰਫ ਕੋਟਨ ਹੀ ਹੋਵੇ 25 ਏਕੜ ਇਕੱਠਾ ਪਲੋਟ ਹੋਵੇ ਅਗਰ ਕਿਸੇ ਬੰਦੇ ਦੀ ਲੈਂਡ ਹੋਲਡਿੰਗ ਘੱਟ ਆ ਜਾਂ ਉਹ ਇਸਤੇਮਾਲ ਨਹੀਂ ਕਰ ਰਿਹਾ ਉਹਦੇ ਵਾਸਤੇ ਤੁਸੀਂ ਕਿਵੇਂ ਮੈਨੇਜ ਕਰਨ ਦਾ ਮਸ਼ਵਰਾ ਦਿਓਗੇ ਗੁਲਾਬੀ ਨੂੰ ਦਵਾਵਾਂ ਵੱਜ ਜਾਂਦੀਆਂ ਨੇ ਜੀ ਫਿਰ ਤਾਂ ਹੋਰ ਕੀ ਕਰੇ ਵਿਚਾਰਾ
ਪਿਛਲੇ ਸਾਲ ਮਤਲਬ ਸਾਡਾ 35-40% ਨੁਕਸਾਨ ਹੋਇਆ, ਹਾਲਾਂਕਿ ਸਪਰੇਵਾਂ ਵੀ ਬੜੀਆਂ ਕਰੀ ਦੀਆਂ। ਜੀ ਜੀ, ਪੈਰਾਸਾਈਡ ਕਰੇ ਪਹਿਲਾ ਸਪਰੇ। ਅੱਛਾ ਜੀ। ਦੂਸਰਾ ਫਿਰ ਡੈਲਟਾ ਟਰਾਈ, ਮਤਲਬ ਇਹ ਤੇਵੇ ਨੇ, ਮਤਲਬ ਜੇ ਲੱਗ ਗਿਆ ਨਾ ਲਗਾਵੇ। ਹਾਂ, ਮਤਲਬ ਉਹ ਪ੍ਰੈਕਟਿਸ ਤੁਸੀਂ ਕਰ ਸਕਦੇ ਹੋ ਜਿਹੜਾ ਸੂਟ ਕਰੇ ਤੁਹਾਨੂੰ ਉਸ ਟਾਈਮ ਸਪਰੇ। ਹਾਂਜੀ, ਕੁਝ ਲੋਕ ਇਹ ਵੀ ਆਉਂਦੇ ਨੇ ਐਬਾਮੈਕਟਨ ਕਰੀ ਜਾਓ 7-10 ਦਿਨ ਬਾਅਦ, ਉਹਦਾ ਬੜਾ ਅੱਛਾ ਰਿਜ਼ਲਟ ਆਉਂਦਾ, ਕੰਟਰੋਲ ਹੋ ਜਾਂਦਾ। ਪਰ ਜੀ ਮੈਂ ਮਤਲਬ ਮੈਨੂੰ ਅੱਜ ਤੱਕ ਨਹੀਂ ਹੈਗਾ, ਮਤਲਬ ਕਾਬੂ ਨਹੀਂ ਹੁੰਦੀ, ਸ਼ਾਇਦ ਸਾਡੇ ਹਮਲਾ ਜ਼ਿਆਦਾ ਹੋ ਗਿਆ। ਸਹੀ ਹੋ ਗਿਆ ਸਰ। ਅੱਛਾ ਸਰ, ਮਾਜ਼ਰਤ ਦੇ ਨਾਲ ਮੈਂ ਸ਼ੁਰੂ ਦੇ ਵਿੱਚ ਤੁਹਾਡਾ ਇੰਟਰੋਡਕਸ਼ਨ ਨਹੀਂ ਕਰਵਾ ਸਕਿਆ, ਆਪਣਾ ਤਾਰੁਫ ਜ਼ਰਾ ਕਰਾ ਦਿਓ। ਰਹਿਮਾਨ ਅਫਜ਼ਲ ਜੀ ਮੇਰਾ ਨਾਮ ਹੈ। ਅੱਛਾ ਜੀ। ਅਤੇ ਰਿਹਾਇਸ਼ੀ ਤਲਕ ਜਿਹੜਾ ਉਹ ਜਹਾਨੀਆਂ ਦਾ ਹੈ। ਮਾਸ਼ਾ ਅੱਲਾ। ਡਿਸਟ੍ਰਿਕਟ ਖਾਨੇਵਾਲ। ਜੀ ਜੀ। 140 ਚੱਕ ਕੇ ਜਿੱਥੇ ਤੁਸੀਂ ਖੜ੍ਹੇ ਹੋ। ਅੱਛਾ ਜੀ। ਇੱਥੋਂ ਦੀ ਰਿਹਾਇਸ਼ ਹੈ। ਸਹੀ। ਅਤੇ ਸਰ ਹੁਣ ਮਤਲਬ ਕੀ ਸ਼ੁਗਰ ਆ ਆਪਣਾ? ਭਾਅ ਜੀ ਇਹੋ ਸ਼ੁਗਰ ਜਿਹੜੇ ਖੜ੍ਹੇ ਹਾਂ। ਅੱਛਾ ਅੱਛਾ ਜੀ, ਮਿਲਾ ਰਹੇਗਾ ਸਰ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ, ਆਪਣਾ ਮਾਹਿਰਾਨਾ ਰਾਏ ਦੇ ਨਾਲ ਸਾਨੂੰ ਆਗਾਹ ਕੀਤਾ। ਔਰ ਇੱਕ ਦਫ਼ਾ ਫਿਰ ਸਰ ਇਹਦਾ ਐਕਸਮੇਟ ਦਾ ਜ਼ਰਾ ਕਲੋਜ਼ ਕਰਕੇ ਦਿਖਾ ਦੇਣਾ। ਇਹ ਹੈ ਜੀ ਐਕਸਮੇਟ, ਜਿਹੜਾ ਉੱਤੇ ਲਿਖਿਆ ਵੀ ਹੋਇਆ ਪਿੰਕ ਬਾਲ ਵਰਮ ਮੇਟਿੰਗ ਡਿਸਟਰਪਟਰ, ਮਤਲਬ ਕਿ ਗੁਲਾਬੀ ਸੁੰਡੀ ਦੇ ਪਰਵਾਨਿਆਂ ਨੂੰ ਮਿਲਾਪ ਤੋਂ ਰੋਕਣ ਵਾਸਤੇ। ਹਾਂਜੀ, ਉਹਨਾਂ ਨੂੰ ਇੱਕ ਦੂਸਰੇ ਨੂੰ ਮਿਲਣ ਤੋਂ ਰੋਕ। ਮਿਲਣ ਤੋਂ ਸਰ ਇਹ ਤਾਂ ਜਾਤੀ ਨਹੀਂ, ਬਾਕੀ ਕਾਇਨਾਤ ਇਨਸਾਨ ਵਾਸਤੇ ਬਣੀ ਹੈ। ਜੀ ਜੀ। ਜਿਹੜੀ ਸ਼ਾਇਦ ਇਨਸਾਨ ਨੂੰ ਨੁਕਸਾਨ ਦਿੰਦੀ ਹੈ ਜੀ, ਉਹ ਉਹਨੂੰ ਮਾਰਨਾ ਚਾਹੀਦਾ। ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ ਜੀ, ਬੜੀ ਮਿਹਰਬਾਨੀ।